ਵਾਹਿਗੁਰੂ ਸਾਹਿਬ ਜੀ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਔਰ ਤਤਵੇ ਤੇ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਸ਼ਾਂ ਦੇ ਪਾਵਨ ਇਸ ਸਥਾਨ ਤੇ ਆਪ ਸਮੂਹ ਸੰਗਤਾਂ ਕਾਫੀ ਸਮੇਂ ਤੋਂ ਦੀਵਾਨ ਵਿੱਚ ਜੁੜ ਮਿਲ ਬੈਠੇ ਹੋ। ਵੱਡੇ ਭਾਗ ਨੇ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਸਾਰੇ ਹੀ ਪਾਓ। ਅੱਜ 13 ਅਪ੍ਰੈਲ ਦਾ ਦਿਨ ਹੈ, ਵੈਸੇ ਵਿਸਾਖੀ ਕੱਲ੍ਹ ਨੂੰ ਚਲੀ ਗਈ ਹੈ। ਪੁਰਾਤਨ ਫਤਿਹ ਦੀ ਦਾਤ ਹੀ ਸਾਨੂੰ ਅੱਜ ਦੇ ਦਿਨ ਮਿਲੀ ਆ। ਸਾਰੇ ਸੂਝਵਾਨ ਤੇ ਵਿਦਵਾਨ ਸੱਜਣ ਬੈਠੇ ਹੋ, ਗੁਰੂ ਕਾ ਪੰਥ ਗੁਰੂ ਕੀਆਂ ਸੰਗਤਾਂ ਬੈਠੀਆਂ, ਗੁਰੂ ਰੂਪ ਨੇ ਜਿਸ ਜੋ ਅਸਲੀ ਜੇ ਫਤਿਹ ਮਿਲੀ ਹੈ ਨਾ, ਉਹ ਅੱਜ ਦੇ ਦਿਨ ਸਾਨੂੰ ਮਿਲੀ ਆ। ਤੇ ਕੋਈ ਵੀ ਮਾਈ ਭਾਈ ਫਤਿਹ ਤੋਂ ਵਾਂਝਾ ਨਾ ਰਵੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1756 ਬਿਕਰਮੀ ਸੰਨ 1699 ਦੀ ਵਿਸਾਖੀ 13 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਸਿੱਖ ਸੰਗਤਾਂ ਨੂੰ ਵਿਸ਼ੇਸ਼ ਸੱਦਾ ਦਿੱਤਾ। ਇਸ ਵਿਸਾਖੀ ਨੂੰ ਸਤਿਗੁਰਾਂ ਨੇ ਇੱਕ ਨਵਾਂ ਰੂਪ ਦੇਣਾ ਹੈ, ਕਿਉਂਕਿ ਵਿਸਾਖੀ ਦੀ ਪਰੰਪਰਾ ਗੁਰੂ ਘਰ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਚੱਲੀ ਆ, ਤੀਸਰੇ ਪਾਤਸ਼ਾਹ ਜੀ ਤੋਂ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਸਾਖੀ ਦਾ ਦਿਹਾੜਾ ਮਨਾਇਆ। ਤੇ ਇੱਕ ਗੱਲ ਹੋਰ ਅਰਜ ਕਰ ਜਾਵਾਂ, 12 ਮਹੀਨਿਆਂ ਦੇ ਜੇ ਆਪਾਂ ਮਹੀਨੇ ਦੀ ਤਰੀਕ ਵੱਲ ਜਾਈਏ ਨਾ, ਸੰਗਰਾਂਦ ਦਾ ਦਿਹਾੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਗੁਰੂ ਘਰ ਵਿੱਚ ਚੱਲ ਪਿਆ ਸੀ। ਸੰਗਰਾਂਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਚੱਲ ਪਈ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ 12 ਮਹੀਨਿਆਂ ਦਾ ਜਿਹੜਾ ਉਪਦੇਸ਼ ਹੈ ਉਹ ਤੁਖਾਰੀ ਰਾਗ ਦੀ ਪ੍ਰਾਰੰਭਤਾ ਤੇ 1106 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਖਾਰੀ ਰਾਗ ਪ੍ਰਾਰੰਭ ਹੁੰਦਾ ਹੈ ਤੇ ਤੁਖਾਰੀ ਰਾਗ ਦੀ ਪ੍ਰਾਰੰਭਤਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ 12ਵਾਂ ਦੀ ਬਾਣੀ ਹੈ ਔਰ ਉਸ ਦੀਆਂ 17 ਪੌੜੀਆਂ ਨੇ। ਤੂੰ ਸੁਣ ਕਿਰਤ ਕਰਮ ਪੁਰਬ ਕਮਾਇਆ ਸ਼ੁਰੂਆਤ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਮੰਗਲਾਚਰਨ ਦੀਆਂ ਪੌੜੀਆਂ ਤੋਂ ਬਾਅਦ 12 ਮਹੀਨਿਆਂ ਦਾ ਉਪਦੇਸ਼
ਤੇ ਉਸ ਤੋਂ ਬਾਅਦ ਵੰਦਨਾ ਰੂਪ ਅਰਦਾਸ ਰੂਪ ਪੌੜੀਆਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸੰਗਰਾਂਦ ਦਾ ਦਿਹਾੜਾ ਗੁਰੂ ਘਰ ਚ ਮਨਾਉਣਾ ਸ਼ੁਰੂ ਕੀਤਾ ਔਰ ਸਿੱਖ ਸੰਗਤਾਂ ਦਾ ਇਕੱਠ ਹੁੰਦਾ ਰਿਹਾ। ਇੱਕ ਗੱਲ ਹੋਰ ਕਹਿ ਜਾਵਾਂ, ਅਸੀਂ ਸੰਗਰਾਂਦ ਦਾ ਦਿਹਾੜਾ ਇੱਥੇ ਕਿ ਫਸ ਗਏ ਹਾਂ, ਅੱਗੇ ਪਿੱਛੇ ਗੁਰੂ ਘਰ ਛੱਡ ਦਿੱਤਾ। ਪਿੰਡਾਂ ਥਾਵਾਂ ਤੇ ਕਈ ਵਾਰ ਦੇਖਣ ਚ ਆਉਂਦਾ ਸੰਗਰਾਂਦ ਵਾਲੇ ਦਿਨ ਤੇ ਅਸੀਂ ਵਿਸ਼ੇਸ਼ ਦਿਹਾੜਾ ਮੰਨ ਕਰਕੇ ਮੱਥਾ ਟੇਕਣ ਆਉਂਦੇ ਹਾਂ, ਅੱਗੇ ਪਿੱਛੇ ਗੁਰੂ ਸਾਹਿਬ ਜੀ ਇੱਕ ਮਹੀਨੇ ਵਾਸਤੇ, ਫਿਰ ਕਹਿੰਦੇ ਇੱਕ ਦਿਨ ਮੱਥਾ ਟੇਕ ਕੇ ਇੱਕ ਮਹੀਨੇ ਵਾਸਤੇ ਛੁਟਕਾਰਾ ਹੋ ਗਿਆ। ਨਹੀਂ ਭਾਈ, ਗੁਰੂ ਨਾਨਕ ਦੇ ਘਰ ਦੀ ਇਹ ਮਰਿਆਦਾ ਨਹੀਂ ਹੈ। ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਕਿਹਾ, ਸਿੱਖਾ ਅਗਰ ਤੂੰ ਸ਼ਬਦ ਨੂੰ ਗੁਰੂ ਮੰਨਦਾ, ਗੁਰੂ ਨਾਨਕ ਦਾ ਬਚਨ ਹੈ। ਸਿੱਧਾਂ ਨੇ ਕਿਹਾ ਸੀ, ਬਾਬਾ ਤੇਰਾ ਗੁਰੂ ਕੌਣ ਹੈ? ਕਿਉਂਕਿ ਆਮ ਇਨਸਾਨ ਤੇ ਸੁਮੇਰ ਪਰਬਤ ਤੇ ਪਹੁੰਚ ਨਹੀਂ ਸਕਦਾ। ਬਾਬਾ ਤੇਰਾ ਗੁਰੂ ਕੌਣ ਹੈ? ਕਿਉਂਕਿ ਗੁਰੂ ਪੂਰਾ ਹੋਵੇਗਾ ਤੇ ਉਹਦਾ ਸਿਸ ਸੁਮੇਰ ਪਰਬਤ ਤੇ ਆ ਸਕਦਾ। ਸੋਨੇ ਦਾ ਪਹਾੜ ਹੈ ਉਹ, ਵਿਦਵਾਨਾਂ ਨੇ ਖੋਜ ਕੀਤੀ, ਉੱਥੇ ਆਮ ਦੁਨੀਆ ਦਾ ਬੰਦਾ ਨਹੀਂ ਪਹੁੰਚ ਸਕਦਾ ਸੁਮੇਰ ਪਰਬਤ ਤੇ। ਵੱਧ ਤੋਂ ਵੱਧ ਮਾਨ ਸਰੋਵਰ ਤੱਕ ਤੇ ਆਪਾਂ ਚਲੇ ਜਾਂਦੇ ਹਾਂ, ਮਾਨ ਸਰੋਵਰ ਤੱਕ। ਤੇ ਇੱਕ ਗੱਲ ਕਹਾਂ, ਮਾਨ ਸਰੋਵਰ ਤੱਕ ਜਾਣਾ ਵੀ ਬੜਾ ਔਖਾ ਹੈ। ਇੱਕ ਵਾਰ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਸ਼ਾਂ ਦੇ ਤਕਰੀਬਨ 14 ਸਾਲ ਗੜਬਈ ਹੋਣ ਦਾ ਸੁਭਾਗਾ ਸੁਮਾ ਦਾਸ ਨੂੰ ਮਿਲਿਆ। ਛੋਟੀ ਜਿਹੀ ਉਮਰ ਤੋਂ ਹੀ ਆ ਕਾਕੇ ਜਿੱਡਾ ਸੀ ਜਦੋਂ ਦਾ ਮਹਾਂਪੁਰਸ਼ਾਂ ਦੀ ਸੰਗਤ ਵਿੱਚ, ਤੇ ਉਹ ਸੰਗਤ ਵਿੱਚੋਂ ਇੱਕੋ ਵਾਰੀ ਮਾਨ ਸਰੋਵਰ ਤੇ ਜਾਣ ਦਾ ਮੌਕਾ ਸਾਨੂੰ ਮਿਲਿਆ। ਬਹੁਤ ਔਖੇ ਪਹੁੰਚੇ ਉੱਥੇ ਅਸੀਂ। ਸੁਮੇਰ ਪਰਬਤ ਤੇ ਜਾਣਾ ਤੇ ਅਤੀ ਕਠਿਨ ਹੈ, ਮਾਨ ਸਰੋਵਰ ਤੱਕ ਪਹੁੰਚਣਾ ਬੜਾ ਔਖਾ ਹੈ, ਉੱਥੇ ਆਕਸੀਜਨ ਖਤਮ ਹੋ ਜਾਇਆ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਕਹਿੰਦੇ, ਬਾਬਾ ਆਮ ਬੰਦਾ ਤੇ ਇੱਥੇ ਕੋਈ ਆ ਨਹੀਂ ਸਕਦਾ, ਤੇਰਾ ਗੁਰੂ ਬੜਾ ਬਲੀ ਤੇ ਕਾਮਲ ਹੋਣਾ ਹੈ, ਤੂੰ ਦੱਸ ਵੀ ਤੇਰਾ ਗੁਰੂ ਕੌਣ ਹੈ? ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਿੱਧ ਗੋਸ਼ਟ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਅੰਕਿਤ ਸਿੱਧ ਗੋਸ਼ਟ ਬਾਣੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ, ਸਿੱਧਾਂ ਵੱਲੋਂ ਸੀ, ਤੇਰਾ ਕੌਣ ਗੁਰੂ, ਕਿਸ ਕਾ ਤੂੰ ਚੇਲਾ, ਕਿਹਦਾ ਤੂੰ, ਤੇਰਾ ਗੁਰੂ ਕੌਣ ਹੈ, ਕਿਹਦਾ ਤੂੰ ਚੇਲਾ? ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ ਤੇ ਸੁਰਤ ਧੁਨੀ ਮੈਂ ਉਹਦਾ ਸੇਵਕ ਹਾਂ, ਚੇਲਾ ਹਾਂ, ਦਾਸ ਹਾਂ। ਗੁਰੂ ਨਾਨਕ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ, ਤੇ ਅੱਜ ਸਾਨੂੰ ਕਿਹਦੇ ਲੜ ਲਾਇਆ? ਗੁਰੂ ਨਾਨਕ ਨੇ ਕਿਹਦੇ ਲੜ ਲਾਇਆ? ਸ਼ਬਦ ਗੁਰੂ ਦੇ। ਔਰ ਦਸਮੇਸ ਪਿਤਾ ਜੀ ਨੇ 239 ਸਾਲ ਬਾਅਦ ਆਪਣੀ ਹੱਥ ਲਿਖਤ ਡਾਇਰੀ ਦੇ ਵਿੱਚ ਇਹ ਨੋਟ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਉੱਥੇ ਤਬੈ ਆ, ਵੈਸੇ ਹੁਣ ਤਬੀ ਪੜਨ ਲੱਗ ਪਏ ਨੇ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਡਾਇਰੀ ਹੈ ਨਾ, ਗਿਆਨ ਗੋਦੜੀ, ਉਹ ਹਜ਼ੂਰ ਸਾਹਿਬ ਪਈ ਹੈ, ਉੱਥੇ ਤਬੈ ਸ਼ਬਦ ਵਰਤਿਆ, ਤਬੈ। ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੁਕਮ ਕਿਤੇ ਨਹੀਂ ਕੀਤਾ ਸਿੱਖਾਂ ਨੂੰ, ਹੁਕਮ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਸਤੇ ਹੁਕਮ ਹੈ। ਸਰੀਰਾਂ ਨੂੰ ਗੁਰੂ ਮੰਨੋਗੇ ਪਛਤਾਓਗੇ। ਮੈਂ ਹੁਣ ਇਹ ਨਹੀਂ ਕਹਿ ਰਿਹਾ ਸਰੀਰਾਂ ਦਾ ਸਤਿਕਾਰ ਨਾ ਕਰੋ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, 10 ਗੁਰੂ ਸਾਹਿਬਾਨਾਂ ਦੀ ਜਾਗਤ ਜੋਤ ਗੁਰੂ ਹੈ। ਸਤਿਕਾਰ ਗੁਰੂ ਕੀ ਸਿੱਖ ਨੇ ਸਭ ਦਾ ਕਰਨਾ, ਜਿਹੜਾ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਹੈ। ਸਤਿਕਾਰ ਹਰ ਇੱਕ ਦਾ ਕਰੋ, ਅਦਬ ਕਰੋ, ਸਤਿਕਾਰ ਕਰੋ। ਜਦੋਂ ਤੱਕ ਦੇਖਦੇ ਕੁਝ ਨਹੀਂ ਉਦੋਂ ਤੱਕ ਫਜ਼ੂਲ ਗੱਲਾਂ ਨਿੰਦਿਆ ਨਾ ਗੁਰੂ ਕੇ ਸਿੱਖਾਂ ਦੀ ਕਰਿਆ ਕਰੋ, ਤੇ ਗੁਰੂ ਦੇ ਸਿੱਖ ਦੀ ਨਿੰਦਿਆ ਹਜ਼ੂਰ ਕਹਿੰਦੇ ਨੇ ਨਰਕ 'ਚ ਪਹੁੰਚਾਉਂਦੀ ਆ। ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਮੈਂ ਆਪਣੇ ਕੋਲੋਂ ਨਹੀਂ ਜੇ ਕਹਿ ਰਿਹਾ, ਤੇ ਅਰਜ ਕਰ ਰਿਹਾ ਸੀ ਮੈਂ ਵੀ ਸੰਗਰਾਂਦ ਵਾਲਾ ਦਿਨ ਜਿਹੜਾ ਹੈ ਨਾ ਉਹ ਪ੍ਰਮੁੱਖ ਰੱਖ ਲਿਆ। ਪਿੰਡਾਂ ਥਾਵਾਂ ਤੇ ਅੱਗੇ ਪਿੱਛੇ ਗੁਰੂ ਘਰ ਜਾਣਾ ਛੱਡਤਾ, ਮੱਥਾ ਟੇਕਣਾ ਛੱਡਤਾ। ਗੁਰੂ ਨਾਨਕ ਨੇ ਇਹ ਤਾਂ ਨਹੀਂ ਕਿਹਾ ਸੀ ਸਾਨੂੰ ਵੀ ਤੂੰ ਸੰਗਰਾਂਦ ਜੇ ਮਨਾਉਣੀ ਸ਼ੁਰੂ ਕਰਤੀ ਹੈ ਤੇ ਸੰਗਰਾਂਦ ਵਾਲੇ ਦਿਨ ਗੁਰੂ ਦੇ ਘਰ ਜਾਈ, ਬਾਕੀ ਦਿਨ ਛੱਡ ਦੇਈ ਨਾ। ਗੁਰੂ ਨਾਨਕ ਦਾ ਹੁਕਮ ਹੈ
गुरु का जो गुरु शब्द गुरु नु गुरु मनन वाला गुरु का सिख है ना उन्हें गुरु दे घर गुरमुख दो टाइम जाना है सवेरे भी ते शाम नु भी गुरु ग्रंथ साहिब जी नु मथा टेकना है ए हुक्म है ए आज्ञा है सतगुरु जी दी फिर संगरात दा दिहाड़ा गुरु नानक तो मनाना शुरू होया गुरु घर दे विच गुरु नानक साहिब जी तो पर बसाखी सब तो पहला गुरु अमरदास महाराज जी ने शुरू की सी गोइंदवाल साहब की धरती से उहदे तो बाद बसाखी वाले दिन नूं ही सतगुरु अमरदास जी ने बौली साहब का नीं पत्थर रखिया बसाखी वाला ही दिन सी जिदन गुरु रामदास महाराज जी ने अमृतसर सरोवर का टक लाया अमृतसर सरोवर का बसाखी वाला ही दिन सी जिस दिन गुरु हरगोबिंद पातशाह महाराज जी ने पहला जंग लोहगढ़ किले का रचिया सी इस वास्ते बसाखी बहुत प्रमुख ते हुण अज 1699 दी बसाखी नू एक विशाल इकट्ठ जिदे विच रतन सिंह जी भंगू ने अपना 10 लाख दा कट्ठ अपने ग्रंथ विच लिखिया 10 लाख दा कट्ठ हो सकदा है कोई वड्डी गल नहीं है समुचा देश गुरु कलगीधर ने बुलाया होए ते 10 लाख थोड़ा है 10 लाख भी थोड़ा है गुरु नानक तो लैके 10वें पातशाह तक क्योंकि बहुते ग्रंथां विच 80,000 दा इकट्ठ ही तुसीं पढ़िया होवेगा बहुत खोज करन ते 10 लाख दा कट्ठ सी ते रतन सिंह भंगू ने और जो फरीदकोट वाले एक संत होए ने हरिचंद जी उन्होंने होर कई ग्रंथां दी खोज मुताबक 80,000 ने तो अमृतपान ही कीता सी एक दिन 80,000 ने मैं केवल चंदा मिंटां विच समाप्ति करनी है आओ जिस वक्त बहुत वड्डा इकट्ठ आनंदपुर साहब हो गया लंगर चल रहे ने अज 1699 दी बसाखी वाले दिन गुरु कलगीधर पातशाह जी ने खुला पंडाल लाया तंबू का मसला कोई नहीं सी श्रोमणी गुरुद्वारा प्रबंधक कमेटी ने सिख इतिहास दिया दो पोथियां लिखिया ने पढ़ लियो खोज करके प्रोफेसर करतार सिंह जी ने और बहुत सारे ऐसे हवाले ने पर जो सही लिखते हैं ना उदे मुताबिक सिख संगतां दा इकट्ठ किया गया अज सतगुरु अमृत दा बाटा तैयार करन लगे ने अज सतगुरु पंजा प्यारियां दी चोण करन लगे ने भरे इकट्ठ विच बहुत वड्डा पंडाल तो बड़ी वड्डी स्टेज लगी हुई है गुरु कलगीधर महाराज जी जो निवास स्थान है सतगुरु जी का भोरा साहब 350 साल सिखी स्वरूप दे नाल धर्म प्रचार कमेटी ने उपराला किया जेड़े सिखी स्वरूप विच आ गए ने जथेदार साहब उन्हां नूं सन्मान करनगे ते आनंदपुर साहब बड़ा वड्डा इकट्ठ हो रहा 1665 नूं सतगुरु पातशाह जी ने आनंदपुर साहब का नींह पत्थर रखिया सी आनंदपुर साहब का सन 1665 ईस्वी सन 1665 में ईस्वी के बिक्रमी संबत 57 साल अगे चलती है ईस्वी संबत 57 साल पिछे है ते 2015 ईस्वी संबत है हुण जिहड़ा 2015 है ना ये ईस्वी संबत है ये हिसाब नाल 16, 17, 18 जून नू 350 साल संपूर्ण हो रहे ने आनंदपुर साहब स्थापना दिवस दे ना कि खालसा पंथ की सिरजना दिवस दे कईयां नू ये भुलेखा है खालसा पंथ की सिरजना 350 साल तो होए नहीं ये किवें मना रहे ने नहीं वह आनंदपुर साहब की मोड़ी कड़ी है भोरा साहब वाला स्थान है जिस थां ते गुरु गोबिंद सिंह साहब जी महाराज जी अपना आनंद कार्ज करने वास्ते इतों तैयार होकर चले से गुरु के लाहौर
जिथे खालसे दे नानके ने अज दे दिन नानका स्थान गुरु के लाहौर नू चुनिया सी। पांच प्यारे साहिबान कहिंदे ने अज तो बाद तेरे धर्म दे पिता गुरु गोबिंद सिंह साहिब जी ने धर्म दी माता माता साहिब देवां कौर है ते माता साहिब देवां कौर गुरु गोबिंद सिंह साहिब दा अज तू पुत बन गया, अज तू धी बन गई है, अज तो बाद तू निवासी आनंदपुर साहिब दा है। आखिया जी चलो निवासी मैं आनंदपुर साहिब दा, फिर नानके किधर जाणगे? महाराज कहिंदे नानके तेरे गुरु के लाहौर होणगे, तू अमृत पान कर लिया। ए भी वर अज वाले दिन दिता सी। अज दा इतिहास बहुत डूंगा है ते गुरमुखो अज दे दिन भरे इकट्ठ विच गुरु कलगीधर महाराज पातशाह जी ने भरे पंडाल विच आखिया एक सिर चाहिदा मैनू, नाले सिखी दी परख करनी है, नाले एक सिर दी मंग कीती आ। दस लख दा इकट्ठ किल्लियां दे किल्ले भरे पए ने संगतां दे नाल। महाराज ने बहुत गर्जमी आवाज च कहा ई सिखो एक सिर दी लोड़, एक सिर दी। जदों एक सिर मंगिया ना, पहली आवाज ते कोई नहीं उठिया, दूजी ते भी कोई नहीं उठिया, तीजी ते उठिया दया राम लाहौर दा खतरी, महाराज मेरा सिर हाजिर है। महाराज कहिंदे दया रामा, पहलां पुछिया ना की है, कहिंदा जी दया राम। महाराज हस पए, कहिंदे लाहौर चों दया आ गई है, असी तो सोचिया लाहौर तो दया खत्म हो गई है, क्योंकि गुरु नानक कह गए लाहौर शहर जहर कहर सवा पहर, उतों दया उठ के आ गई। महाराज कहिंदे दया रामा घरों लड़के आया, मरण का इन्ना चा लेके आया भाई ना। महाराज जी फिर आर्थिक पक्षों दुखी होएगा, मरदा हो ही है जेड़ा बेचारा कर्जा सिर ते चढ़िया होएगा, पैसे खर्चन होण दा ते घर प्रसादा पानी है नहीं, कोई दाला पानी मुक्या भी मरदा इंजे आया। कहिंदा ना महाराज, सतगुर आगे शीस भेट दिओ, जे सतगुर सचे पाओ मैनू माफ कर दिओ, तुहानू तीन आवाजां लाउणियां पईआं। महाराज ने भरे पंडाल दे विच सामने भाई दया राम दा सिर झटकाता, बढ़ता धड़ नालों अड करता, सतगुरु वास्ते कोई वड्डी गल नहीं सी, बढ़ दिता। दूजी आवाज मारी, धर्मचंद जी हस्तनापुर दे निवासी आ गए ने, उन्होंने अपना सिर देता। तीजी आवाज मारी है, तीजी आवाज ते भाई हिम्मत दास जी आ गए ने, चौथी आवाज ते भाई मोहकम चंद जी, पंजवी शीस की मांग की ते भाई साहिब चंद जी हाजिर हो गए ने। बारी बारी सब का सिर बढ़ता महाराज ने। खीर खाने तो करा खाने भी तो हैगे सी साडे वर्गे, पढ़ा एक बढ़िया दो बढ़े तीन बढ़ते चार बढ़ते अखां दे सामने, घबरा गए ने डर गए ने, अज किन्नियां नूं बढ़दा गुरु गोबिंद सिंह पता नहीं लग रहा, बढ़ी जा रहा, भज गए ने पिछों पिछों निकल गए। माता गुजरी वो तेरे लाल नूं पता नहीं की हो गया, वो सिर बढ़न लग पे ही सिखां दे। मां गुजरी भी चुप ने, पता नहीं की कौतक वरताउणगे। महाराज ने पंजां नूं बढ़ता, बढ़न तो बाद उन्हां ते कपड़ा पाता, धड़ किसे दा रखता सिर किसे दा रखता ये नहीं पता, धड़ कीदा ते सिर कीदा। कपड़ा पाता, महाराज कहिंदे हुण लियाओ लकड़ अपना पत्थर दा कूंडा, सब तो पहला पत्थर दा कूंडा लियांदा। अमृत इक शक्ति है, शक्ति है, बिजली बिजली नालों भी तेज शक्ति हुण दी साइंस मानदी है अमृत दी। थले लकड़ पत्थर दा कूंडा इस करके रखिया वो शक्ति किते थले अर्थ ना ले जावे। गुरु गोबिंद सिंह साहिब जी दे चोज ने थले पत्थर दा कूंडा रखण दा कोई मतलब सी, उही नहीं रखता बाटा टिकाउण वास्ते लोहे दा। पहला पत्थर दा कूंडा उहदे उत्ते सर्ब लोहे दा रखिया, बाटा सतलुज तों लियांदा जल, ते जदों जल लियांदा सर्ब लोहे दा लिया, खंडा सतगुरु जी ने सज्जे हथ विच खंडे दे मुठे ते रखिया अंगूठा, ते सच्चे पातशाह ने वीर आसन लाया। वीर आसन
वीर आसन दो थावां ते वरतिया। एक तां जदों जंगे मैदान विच तीर चलाउण लग्गिया पूरे जोर नाल छड्डणा पैंदा तां वीर आसन लाया, या फिर खंडे बाटे दा अमृत तैयार करन लगे ते तां वीर आसन लग्गिया। सिख इतिहास विच तीजा थां कोई नहीं जिथे वीर आसन लाया होवे। वीर आसन, मैं प्लस टू के पेपर देने वास्ते गया, फिजिकल का मेरा पेपर सी। टीचर साहबान कहिंदे आसन किहड़ा सिखिया जी, जदों प्रैक्टिकल सी दौड़ना भजना आसन, कहिंदे जी आसन किहड़ा, मैं जी वीर आसन सिख के लियाया। और एक दूजे के मूँह वल वेखण भी आसन तां अज तक कोई सुनिया नहीं, पद्म आसन सुनिया, होर बड़े आसन सुने ने। ते अखीर आपो च सलाह करके कहिंदे कहिंदे अत्र सिंह जी दस दिओ वीर आसन हुंदा किहड़ा, मैं ला के दिखा दिंदा। मैं मारिया सज्जा गोडा थले, खब्बा गोडा किया खड़ा, ऐ करके जदों बह गया कहिंदे ये किहड़ा आसन, मैं वीर आसन है। गुरु गोबिंद सिंह साहब ने लाया इसी सब तो पहला, तीर चलाउण लग्या लाईदा ते अमृत छकाउण लग्या वीर आसन ला के छकाईदा। उहदे ही 15 नंबर देते उन्होंने, कहिंदे नवां ही आसन दस्सिया इन्होंने। इस वास्ते वीर आसन लाया, वीर आसन ला के खंडा फेरन लगे ने। तो जदों खंडा फेरन लगे ना तो जपजी साहब की बाणी वाले शुरू करन लगे सी, अमृत का बाटा तैयार करन लगे सी ना, तो उस वक्त माता अजीत कौर जी आ गए, उन्होंने विच बतासे पाते। हुण पंथ विच इत्थे भी बड़ा भुलेखा पाता है, नहीं जी बतासे तो माता साहिबदेवां कौर ने पाए सी। एक कलम चकदा उन्हें लिखता माता अजीत सुंदर कौर ने बतासे पाते सी जी। माता साहिबदेवां कौर डेट के मुताबिक रोहतास चले जाओ, रोहतास उत्थे इतिहास लिखा होया, उस 1757 च गुरु गोबिंद सिंह साहब जी के पास आए ने। तो अमृत का बाटा कदों तैयार होया जी? 1756 च। अमृत का बाटा तैयार होने तो एक साल बाद माता साहिबदेवां कौर आई, तो बतासे उन्होंने कितों पाते विच? माता अजीत कौर ने ही बतासे विच पाए, बतासे पा दिते विच। गुरु कलगीधर महाराज आखन लगे माता जी चंगा किया, अमृत मैं इन्ना कु सख्त बना देना सी, तुसीं इहदे च मिठास पाती है, हुण गुरु के सिख आपो च झगड़िया नहीं करनगे, इन्हां च बाणी की मिठास भी होगी। एक कमी अज साडे च की आ गई पता है? माता दे अमृत दे असीं छक लिया, गुरु कलगीधर दा नहीं छकिया, माफ करियो। असीं जी फलाने दा अमृत छक लिया, असीं ढींगणे दा अमृत छक लिया, नहीं, अमृत गुरु कलगीधर दा, होर किसे दा नहीं। प्रचारक कोई भी हो सकदा है, प्रचार किसे ने भी किया अमृत दा, अमृत गुरु कलगीधर पातशाह दा ही है। तो साडे च घाट की आ गई है। मैनूं इक कहिंदा जी हुण तां पंथ दा बड़ा बुरा हाल हो गया, अमृतधारी आपो च लड़दे फिरदे ने। गल पता साडे च गिरावट की आ गई है? वो माता अजीत कौर दे पाए पतासिया की मिठास भुल गए असीं, बस यही गिरावट है। समझे नहीं? साची बाणी मीठी अमृत धार जिन पीती तिस मोग द्वार। वो कलगीधर पातशाह जी का जिहड़ा बाटा अमृत वह तो असीं पी लिया, तो सतगुरां ने कहा सी नाल तैनूं मैं मूल मंत्र ते गुरमंत्र दे रही हां, तू सच्ची बाणी का मिठा अमृत पी। वो पीना छड़ दिता है सी, साडे को अमृत वेला नहीं है। पहला गुरु सिख एक बजे उठते सी, गुरु ग्रंथ साहिब जी महाराज कहिंदे ने तिना दरियावां स्यों दोस्ती, सिखा उठिया कर दरियावां नाल पानी नाल दोस्ती पाया कर, इशनान करिया कर अमृत वेले। घाट की आ गई साडे च, असीं एक दूजे दियां लत्तां वढ़न लगे होए हां, पर एक दूजे तो अगे कोई ना निकल जावे, अपनी कमाई कोई कुछ नहीं करते पए। तो जिहड़ा इहो जी कोई गल करदा है ना, फलाणा है ते ढींगड़ा है जी, तुसीं इहनूं पुछ लिया गए वी तूं किवें दा है, तेरा अपना नितनेम है, तू पंज बाणियां पढ़दा, सुखमनी साहब का पाठ करदा। इस वास्ते इन्हां गल्लां च ना पो, केवल अमृत पान करो और बाणी का अमृत पिया करो। महाराज बाटा तैयार करन लग पे, अमृत का बाटा तैयार हो गया,
ਤੇ ਹੁਣ ਮਹਾਰਾਜ ਨੇ ਸਤਿਗੁਰੂ ਮੇਰਾ ਮਾਰ ਜੀਵਾ ਲੈ ਤਾਕਤ ਹੈ ਸਤਿਗੁਰੂ ਜੀ ਦੇ ਘਰ ਦੀ ਗੁਰੂ ਨਾਨਕ ਨੇ ਸਿਕੰਦਰ ਲੋਧੀ ਦਾ ਹਾਥੀ ਜਿਉਂਦਿਆਂ ਕਰਤਾ ਗੁਰੂ ਅਮਰਦਾਸ ਜੀ ਨੇ ਮਾਈ ਦਾ ਪੁੱਤਰ ਜਿਉਂਦਿਆਂ ਕਰਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਥ ਰਾਵਣ ਹੋਤੇ ਸੋ ਰੰਕ ਨੇ ਬਾਬਾ ਜੀ ਦੇ ਕੈਸਟ ਵੀ ਹੈ ਸੁੰਮਣ ਕ ਮੂਸਣ ਦੀ ਗੁਰੂ ਅਰਜਨ ਸਾਹਿਬ ਨੇ ਉਹ ਜਿਉਂਦਿਆਂ ਕਰਤਾ ਮੂਸਣ ਦਾ ਪੁੱਤਰ ਕੀਤਾ ਕਿ ਨਹੀਂ ਕੀਤਾ ਵੱਢ ਦਿੱਤਾ ਸੀ ਉਹਦਾ ਸਿਰ ਕਿਉਂ ਤਾਂ ਜਿਉਂਦਾ ਕੀਤਾ ਕਿ ਨਹੀਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਬੇਟੇ ਮੋਹਨ ਨੇ ਬੇਟੇ ਅਟਲ ਰਾਏ ਨੇ ਮੋਹਨ ਨੂੰ ਜਿਉਂਦਿਆਂ ਕੀਤਾ ਕਿ ਨਹੀਂ ਕੀਤਾ ਅਟਲ ਰਾਏ ਗੁਰਦੁਆਰਾ ਐਡਾ ਸੁਸ਼ੋਭਿਤ ਅੰਮ੍ਰਿਤਸਰ ਚ ਇਤਿਹਾਸ ਉੱਥੋਂ ਦੀ ਤਵਾਰੀਖ ਬੋਲਦੀ ਕਿ ਨਹੀਂ ਬੋਲਦੀ ਆਪਾਂ ਨਜ਼ਦੀਕ ਹੀ ਬੈਠੇ ਹਾਂ ਬਾਬਾ ਗੁਰਦਿੱਤਾ ਜੀ ਦਾ ਸਥਾਨ ਕਿੰਨੀ ਕੁ ਦੂਰ ਹੈ ਕੀਰਤਪੁਰ ਸਾਹਿਬ ਮਰੀ ਗਊ ਜਿਉਂਦੀ ਕੀਤੀ ਕਿ ਨਹੀਂ ਕੀਤੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਸਤੇ ਕੀ ਔਖਾ ਸੀ ਵੀ ਪੰਜ ਵੱਢ ਕੇ ਉਹਨਾਂ ਨੂੰ ਜਿਉਂਦਿਆਂ ਕਰਨਾ ਕੋਈ ਔਖਾ ਸੀ ਕਿਉਂ ਕਿੰਨੇ ਬੱਕਰੇ ਵੱਢਤੇ ਸੀ ਜੀ ਤੰਬੂ ਲਾਤਾ ਸੀ ਜੀ ਕਿ ਸਾਨੂੰ ਆਪਣੇ ਗੁਰੂ ਪਿਤਾ ਤੇ ਭਰੋਸਾ ਨਹੀਂ ਹੈ ਯਕੀਨ ਨਹੀਂ ਹੈ ਗੁਰੂ ਪਿਤਾ ਤੇ ਪਰ ਗੱਲ ਨੂੰ ਘੁਮਾਉਣ ਵਾਸਤੇ ਤੰਬੂ ਲਾਤੇ ਜੀ ਬੱਕਰੇ ਵੱਢਤੇ ਜੀ ਨਹੀਂ ਸਾਹਮਣੇ ਵੱਡੇ ਨੇ ਸਿਰ ਧੜ ਕਿਸੇ ਦਾ ਜੋੜਿਆ ਸਿਰ ਕਿਸੇ ਦਾ ਜੋੜਿਆ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਜਿਉਂਦਿਆਂ ਕਰਤਾ ਪੰਜ ਪੰਜ ਚੂਲੇ ਮੁੱਖ 'ਚ ਪਾਏ ਪੰਜ ਅੱਖਾਂ 'ਚ ਪਾਏ ਪੰਜ ਕੇਸਾਂ 'ਚ ਪਾਏ ਫਿਰ ਪੰਜ ਪੰਜ ਚੂਲੇ ਹੀ ਨਹੀਂ ਜੇ ਛਕਾਏ ਮਰਿਆਦਾ ਬਣਾਈ ਮੂਲ ਮੰਤਰ ਗੁਰਮੰਤਰ ਦਿੱਤਾ ਨਾਲ ਕਿਹਾ ਸਿੱਖੋ ਪੰਜ ਬਾਣੀਆਂ ਦਾ ਅੱਜ ਤੋਂ ਬਾਅਦ ਨਿਤਨੇਮ ਕਰਨਾ ਅੰਮ੍ਰਿਤਧਾਰੀ ਤੇ ਆਪਾਂ ਸਾਰੇ ਬੈਠੇ ਹਾਂ ਸਾਡਾ ਕਿੰਨਾ ਕੁ ਹੈ ਪੰਜਾਂ ਬਾਣੀਆਂ ਦਾ ਨਿਤਨੇਮ ਤੁਹਾਡੇ 'ਚ ਦੱਸੋ ਜੀ ਜਿਹੜੇ ਅੰਮ੍ਰਿਤਧਾਰੀ ਕਰਦੇ ਹੋ ਨਿਤਨੇਮ ਪੰਜ ਬਾਣੀਆਂ ਦਾ ਕਰੋ ਹੱਥ ਖੜੇ ਜਿਹੜੇ ਨਹੀਂ ਕਰਦੇ ਬਹੁਤ ਮਾੜੀ ਗੱਲ ਹੈ ਅੱਜ ਤੋਂ ਬਾਅਦ ਪੜ੍ਹਨ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਸੀਂ ਭੁੱਲ ਗਏ ਭਟਕ ਗਏ ਹਾਂ ਅੱਜ ਤੋਂ ਬਾਅਦ ਅਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਕਦੇ ਨਹੀਂ ਛੱਡਾਂਗੇ ਤੁਹਾਡਾ ਹੁਕਮ ਹੈ ਤੁਹਾਡਾ ਹੁਕਮ ਹੈ ਪੰਜਾਂ ਬਾਣੀਆਂ ਦਾ ਨਿਤਨੇਮ ਭਾਵੇਂ ਜਥਾ ਭਾਵੇਂ ਕੋਈ ਸੰਗਤ ਦਾ ਨਿਤਨੇਮ ਬੜਾ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤੇ ਏਡੀ ਔਕੜ ਵੇਲੇ ਸਰਸਾ ਦੀ ਨਦੀ ਤੇ ਆ ਕੇ ਵੀ ਨਿਤਨੇਮ ਨਹੀਂ ਛੱਡਿਆ ਅਸੀਂ ਸੁੱਖਾਂ 'ਚ ਬੈਠੇ ਹੀ ਨਿਤਨੇਮ ਭੁਲਾਈ ਬੈਠੇ ਹਾਂ ਪੰਜ ਬਾਣੀਆਂ ਦਾ ਨਿਤਨੇਮ ਦਿੱਤਾ ਔਰ ਪੰਜਾਂ ਦਾ ਵਿਸਾ ਨਹੀਂ ਕਰਨਾ ਇਹ ਵੀ ਕਿਹਾ ਨੜੀ ਮਾਰ ਕੁੜੀ ਮਾਰ ਸਿਰ ਗੁੰਮ ਤੇ ਮੋਨੇ ਰਾਮ ਰਾਈਏ ਧੀਰ ਮਲੀਏ ਗੰਗੂ ਸਾਈਏ ਪ੍ਰਿਥੀ ਚੰਦੀਏ ਇਹਨਾਂ ਦਾ ਵਿਸਾ ਨਹੀਂ ਕਰਨਾ ਇਹ ਵੀ ਕਿਹਾ ਨਾਲ ਪੰਜ ਵਜਰ ਕੁਰੈਤਾਂ ਤੋਂ ਵੀ ਵਰਜਿਆ ਹੁੱਕਾ ਹਜਾਮਤ ਹਲਾਲੋ ਹਰਾਮ ਤੇ ਸ਼ਰਾਬ ਇਹਦਾ ਸੇਵਨ ਤਾਂ ਨਹੀਂ ਕਰਦਾ ਕਿਤੇ ਦੁਰਮਤ ਮਧ ਜੋ ਪੀਵਤੀ ਬਿਖਲੀ ਪਦ ਕਮਲੀ ਇਹਦਾ ਸੇਵਨ ਕਰਦਾ ਬੜੀ ਮਾੜੀ ਗੱਲ ਹੈ ਗੁਰਬਾਣੀ ਕਹਿੰਦੀ ਬਿਖਲੀ ਕਹਿੰਦੇ ਬੇਸਵਾ ਨੂੰ ਪਤ ਕਹਿੰਦੇ ਪਤੀ ਨੂੰ ਕਮਲੀ ਕਹਿੰਦੇ ਕੰਜਰ ਨੂੰ ਜਿਹੜਾ ਸ਼ਰਾਬ ਪੀਂਦਾ ਆ ਸ਼ਬਦ ਵਰਤਦਾ ਗੁਰੂ ਗ੍ਰੰਥ ਸਾਹਿਬ ਜੀ ਦੇ 399 ਅੰਗ ਤੇ ਪੜ੍ਹ ਕੇ ਦੇਖੋ ਐਡਾ ਮਾੜਾ ਸ਼ਬਦ ਹੈ ਉਹਦੇ ਵਾਸਤੇ ਕੰਜਰ ਕਹਿ ਦਿੱਤਾ ਹੀ ਉਹ ਜਿਹੜਾ ਸ਼ਰਾਬ ਪੀਂਦਾ ਖੋਟੀ ਮਤ ਕਰ ਦਿੰਦੀ ਆ ਫਿਰ ਕਹਿੰਦੇ ਆਪਣਾ ਪਰਾਇਆ ਨਾ ਪਛਾਣੀ ਖਸਮੋ ਕੁੱਤੇ ਜਾਏ ਧੱਕਿਆ ਜਾਵੇਗਾ ਨਰਕ 'ਚ ਪਵੇਗਾ ਜਿਹੜਾ ਸ਼ਰਾਬ ਪੀਵੇਗਾ ਇਸ ਵਾਸਤੇ ਬਚੋ ਪੰਜ ਬੱਜਰ ਕੁਰੈਤਾਂ ਤੋਂ ਵੀ ਬਚੋ ਸਤਿਗੁਰਾਂ ਨੇ ਅੱਜ ਦੇ ਦਿਨ ਐਸੀਆਂ ਬਖਸ਼ਿਸ਼ਾਂ ਕੀਤੀਆਂ ਔਰ ਕਾਫੀ ਸਮਾਂ ਤੁਹਾਡਾ ਹੋ ਗਿਆ ਮਹਾਂਪੁਰਸ਼ਾਂ ਨੇ ਇੱਕ ਘੰਟਾ ਲਾਉਣਾ ਇਸ ਵਾਸਤੇ ਮਹਾਂਪੁਰਸ਼ ਦਾਸ ਕੋਲ ਹੀ ਆਪਾਂ ਇਕੱਠੇ ਰਹੇ ਹਾਂ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲਿਆਂ ਕੋਲ ਮੇਰੇ ਕੋਲੋਂ ਪੜ੍ਹਦੇ ਵੀ ਰਹੇ ਮਹਾਂਪੁਰਸ਼ ਆਪਣੇ ਵਿਦਿਆਰਥੀ ਵੀ ਨੇ ਜਿੱਥੇ ਆਪਣੇ ਵਿਦਿਆਰਥੀ ਨੇ ਆਪਣੇ ਸੰਗੀ ਵੀ ਨੇ ਲੰਗੋਟੀ ਹੈ ਯਾਰ ਵੀ ਨੇ ਲੜਦੇ ਵੀ ਰਹੇ ਪੜ੍ਹਦੇ ਵੀ ਰਹੇ ਭਿੜਦੇ ਵੀ ਰਹੇ ਇਕੱਠੇ ਵੀ ਰਹੇ ਆ ਅਤੇ ਮਹਾਂਪੁਰਸ਼ਾਂ ਦਾ ਬੜਾ ਪਿਆਰ ਹੈ ਬਾਬਾ ਹਰਜੀਤ ਸਿੰਘ ਜੀ ਮੰਡੀ ਗੋਬਿੰਦਗੜ੍ਹ ਵਾਲਿਆਂ ਦਾ ਅਤੇ ਹੁਕਮ ਕੀਤਾ ਸੀ ਵੀ ਆਪਾਂ ਨੇ ਅੱਜ ਉੱਥੇ ਜਾ ਕੇ ਆਉਣਾ ਅਤੇ ਇਹਨਾਂ ਦਾ ਹੁਕਮ ਮੰਨਦਿਆਂ ਹੋਇਆਂ ਸੰਗਤਾਂ ਨੇ ਆਪ ਜੀ ਦੇ ਦਰਸ਼ਨ ਕੀਤੇ ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਅੰਮ੍ਰਿਤ ਪੀਆ ਸਤਿਗੁਰ ਦੀਆ ਸਤਿਗੁਰੂ ਦੇਣ ਵਾਲੇ ਨੇ ਅੰਮ੍ਰਿਤ ਅਤੇ ਗੁਰਮੁਖੋ ਖੰਡੇ ਬਾਟੇ ਦਾ ਅੰਮ੍ਰਿਤ ਪੀਓ ਖੰਡੇ ਬਾਟੇ ਦਾ ਅੰਮ੍ਰਿਤ ਪੀਣ ਉਪਰੰਤ ਮੂਲ ਮੰਤਰ ਤੇ ਗੁਰਮੰਤਰ ਪੰਜ ਪਿਆਰੇ ਦੇਣਗੇ ਉਹ ਆਪ ਜੀ ਨੇ ਮੂਲ ਮੰਤਰ ਤੇ ਗੁਰਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਨਾ 2.5 ਘੰਟੇ ਤੇ ਲਾਜ਼ਮੀ ਆ ਰੋਜ਼ ਦਾ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ 'ਚ ਕੋਈ ਅੰਮ੍ਰਿਤਧਾਰੀ ਐਸਾ ਬੈਠਾ ਹੋਵੇ ਜਿਹਨੇ 2.5 ਘੰਟੇ ਰੋਜ਼ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਸ਼ੁਰੂ ਕੀਤਾ ਹੋਵੇ ਨਿਤਨੇਮ ਤੋਂ ਬਕਾਇਦਾ ਹੈ ਇਹ ਜਾਪ ਬੜਾ ਜ਼ਰੂਰੀ ਹੈ
ਤੇ ਜਿਹੜੇ ਅਸੀਂ ਆ ਨਾ ਸਾਡੇ ਲਾਣੇ ਨੂੰ 8 ਘੰਟੇ ਚਾਹੀਦਾ 8 ਘੰਟੇ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਜਿਨ੍ਹਾਂ ਨੇ ਸਟੇਜਾਂ ਤੇ ਬੋਲਣਾ ਆ ਆਮ ਸੰਗਤ ਵਾਸਤੇ 2.5 ਘੰਟੇ ਤੇ ਸਾਡੇ ਵਾਸਤੇ 8 ਘੰਟੇ ਮੂਲ ਮੰਤਰ ਗੁਰਮੰਤਰ ਦਾ ਜਾਪ ਨਿਤਨੇਮ ਬਕਾਇਦਾ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਔਰ ਵਡਭਾਗੇ ਬਣੋ ਇਸ ਸਥਾਨ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਧੰਨਵਾਦ ਮਹਾਂਪੁਰਸ਼ ਬਾਬਾ ਹਰਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ